ਸਰ ਐਕਸੀਡੈਂਟ ਹੋਇਆ ਜੀ, ਕਿੱਥੋਂ ਦੇ ਬੰਦੇ ਸੀਗੇ ਤੇ ਕੀ ਹਾਲਾਤ ਆ ਇਹਨਾਂ ਦੇ? ਇਹ ਟਰੱਕ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ, ਇੱਕ ਬੋਨਿਆ ਪਿੰਡ ਦੇ ਪਾਰਟੀ ਇੱਕ ਨਾ ਪਾਰਟੀ ਦੇ ਵਿੱਚ ਆਏ ਸੀਗੇ, ਆਪਸ ਵਿੱਚ ਉਹਨੂੰ ਛੱਡਣ ਆਏ ਸੀ ਮੋਗੇ, ਅਤੇ ਰਸਤੇ 'ਚ ਜਦੋਂ ਇੱਥੇ ਟਰੱਕ ਨੇੜੇ ਪਹੁੰਚਿਆ ਲਾਲ ਸਿੰਘ ਰੋਡ 'ਤੇ, ਇਹ ਟਰੱਕ ਸਹੀ ਸਾਈਡ 'ਤੇ ਆ ਰਿਹਾ ਸੀਗਾ, ਪਰ ਉਹ ਪਾਰਟੀ ਨੂੰ ਪਤਾ ਲੱਗਦਾ ਵੀ ਉਹ ਪਾਰਟੀ ਤੋਂ ਆਏ ਸੀਗੇ, ਅਤੇ ਉਹਨਾਂ ਨੇ ਟਰੱਕ ਦੇ ਵਿੱਚ ਗੱਡੀ ਮਾਰੀ। ਅਤੇ ਕਿਹਦੀ ਗਲਤੀ ਤਾਂ ਦੇਖੀ ਜਾ ਰਹੀ ਜਿਹੜੇ ਮੌਕੇ 'ਤੇ? ਤਾਂ ਗੱਡੀ ਛੋਟੀ ਵਾਲੇ ਦੀ ਲੱਗਦੀ ਗਲਤੀ। ਅਤੇ ਹੁਣ ਫਿਲਹਾਲ ਕੀ ਉਹਨਾਂ ਦੀ ਸਥਿਤੀ ਹੈ, ਕਿੱਥੇ ਆ ਉਹ ਬੰਦੇ? ਉਹ ਇੱਥੋਂ ਰੈਫਰ ਕਿਹੜਾ ਤਾਂ ਇੱਥੋਂ ਮੌਕੇ 'ਤੇ ਪਹੁੰਚਾ ਦੇ ਆ ਐਮਰਜੈਂਸੀ ਮੋਗਾ, ਪਰ ਪਤਾ ਲੱਗਿਆ ਵੀ ਉਹ ਡੀ ਐਮ ਸੀ ਭੇਜਦੇ ਆ, ਪਰ ਅਸੀਂ ਗੱਡੀਆਂ ਸਾਈਡ 'ਤੇ ਗਿਰਾ ਦੇ ਆ, ਰੋਡ ਚਾਲੂ ਕਰਾ ਦਿੰਦੇ।